ਕਿੰਨੀ ਦੇਰ ਹੋ ਗਈ ਤੁਹਾਡੀ ਸਰਜਰੀ ਨੂੰ? 3 ਇਅਰਸ ਹੋ ਗਏ ਆਲਮੋਸਟ ਨੈਕਸਟ ਮੰਥ। ਭਾਰ ਘਟਿਆ ਕਿੰਨਾ ਤੁਹਾਡਾ? ਆਲਮੋਸਟ ਹਾਫ ਹੀ ਹੋ ਗਿਆ, 63 ਘਟਿਆ। 63 ਘਟਿਆ ਹੋਇਆ, 65 ਰਹਿ ਗਿਆ। ਹਾਂਜੀ। ਤੇ ਓਵਰਆਲ ਜੇ ਹੁਣ ਤੁਸੀਂ ਦੇਖੋ ਕੁਆਲਿਟੀ ਆਫ ਲਾਈਫ ਜਿਹੜੀ ਤੁਹਾਡੀ ਪਹਿਲਾਂ ਸੀ ਤੇ ਹੁਣ ਸੀ, ਕੀ ਫਰਕ ਲੱਗਦਾ ਤੁਹਾਨੂੰ? ਇੱਕ ਨਵੀਂ ਲਾਈਫ ਲੱਗਦੀ, ਚੇਂਜ ਬਿਲਕੁਲ ਸਾਰਾ ਸਮ। ਅੱਛਾ, ਐਵਰੀਥਿੰਗ ਲੁਕਸ ਲਾਈਕ ਨਿਊ। ਬਿਲਕੁਲ। ਇਹ ਕਹਿੰਦੇ ਨੇ ਵੀ ਇੱਕੋ ਜ਼ਿੰਦਗੀ ਤੁਹਾਨੂੰ ਦੋ ਲਾਈਫ ਮਿਲ ਗਈਆਂ, ਇੱਕ ਜ਼ਿੰਦਗੀ ਵਿੱਚ ਦੋਨੋਂ ਚੀਜ਼ਾਂ, ਸੈਕਿੰਡ ਲਾਈਫ ਸਟਾਰਟਸ, ਦੋਨੋਂ ਚੀਜ਼ਾਂ ਦੇਖ ਲਈਆਂ ਤੁਸੀਂ ਪ੍ਰੈਕਟੀਕਲੀ। ਐਕਚੁਅਲੀ ਇਹ ਨਾ ਡਿਜ਼ਾਈਨਿੰਗ ਵਾਲੀ ਗੱਲ ਹੈ, ਜਿਵੇਂ ਤੁਹਾਡਾ ਟੇਲਰ ਸੂਟ ਨਹੀਂ ਬਣਾਉਂਦਾ, ਇਹਦਾ ਅੰਦਰੋਂ ਡਿਜ਼ਾਈਨਿੰਗ ਕਰਨੀ ਹੈ ਕਿ ਪੇਸ਼ੈਂਟ ਖਾ ਵੀ ਲਵੇ ਤੇ ਵੇਟ ਵੀ ਚੰਗਾ ਘੱਟ ਜੇ। ਜਿਹੜੀ ਤੁਹਾਡੀ ਮੈਨੂੰ ਤਾਂ ਬਹੁਤ ਜ਼ਿਆਦਾ ਠੀਕ ਰਿਹਾ ਆਪਰੇਸ਼ਨ, ਮੈਨੂੰ ਕੋਈ ਪ੍ਰੋਬਲਮ ਨਹੀਂ। ਅੱਛਾ, ਠੀਕ ਹੈ। ਬਾਕੀ ਲੱਸੀ 'ਤੇ ਜ਼ਿਆਦਾ ਜ਼ੋਰ ਰੱਖਿਆ ਕਰੋ, ਆਫਿਸ 'ਚ ਵੀ ਨਾ ਤੁਸੀਂ ਲੱਸੀ ਪਿਆ ਕਰੋ, ਲੱਸੀ ਤੁਹਾਡੇ ਲਈ ਮੈਡੀਸਨ ਆ, ਕਿਉਂਕਿ ਜਿਹੜੀਆਂ ਤੁਹਾਡੀਆਂ ਬੋਨਸ ਆ ਉਹਨੂੰ ਕੈਲਸ਼ੀਅਮ ਦੀ ਲੋੜ ਆ, 1500 ਮਿਲੀਗ੍ਰਾਮ ਕੈਲਸ਼ੀਅਮ ਚਾਹੀਦਾ ਡੇਲੀ, ਕਿਉਂਕਿ ਜਿਹੜਾ ਇੱਕ ਕਟੋਰੀ ਜਾਂ ਦਹੀਂ ਦੀ ਆ, ਜਿਹੜਾ ਵੱਡੀ ਕੌਲੀ ਹੁੰਦੀ ਆ, ਇੱਕ ਛੋਟੀ ਜਿਹੀ ਨਹੀਂ, ਉਸ ਤੋਂ ਵੱਡੀ ਜਿਹੜੀ ਹੁੰਦੀ ਆ, ਉਹਦੇ 'ਚ 325 ਮਿਲੀਗ੍ਰਾਮ 325 ਕੈਲਸ਼ੀਅਮ ਆ, ਇੱਕ ਗੋਲੀ ਨਾਲੋਂ ਬੈਟਰ ਆ ਕੈਲਸ਼ੀਅਮ, ਉਹਦੇ ਨਾਲੇ ਨੈਚੁਰਲ ਆ। ਜਿਹੜੇ ਨੈਚੁਰਲ ਚੀਜ਼ਾਂ ਤੋਂ ਜੇ ਆਪਾਂ ਇਹ ਆਪਣੀਆਂ ਨਿਊਟ੍ਰੀਐਂਟਸ ਪੂਰੇ ਕਰੀਏ, ਉਹ ਨਾਲੇ ਇਕੱਲੀਆਂ ਗੋਲੀਆਂ ਨਾਲ ਗੱਲ ਨਹੀਂ ਬਣਦੀ, ਕਿਉਂਕਿ ਗੋਲੀ 'ਚ ਆਪਾਂ ਸਾਰਾ ਕੁਛ ਨਹੀਂ ਪੈਕ ਕਰ ਸਕਦੇ, ਜਿਹੜੀ ਆਪਾਂ ਚਾਹੁੰਦੇ ਹਾਂ ਇਕੱਲਾ ਕੈਲਸ਼ੀਅਮ ਨਹੀਂ, ਬਾਕੀ ਹੋਰ ਕਿੰਨੀਆਂ ਚੀਜ਼ਾਂ ਨੇ, ਮੈਗਨੇਸ਼ੀਅਮ ਹੈ, ਪੋਟਾਸ਼ੀਅਮ ਹੈ, ਮੋਲੀਬਡੈਨਮ ਹੈ, ਜ਼ਿੰਕ ਹੈ, ਆਇਰਨ ਹੈ, ਮੈਗਨੀਜ਼ ਹੈ, ਉਹ ਸਾਰਾ ਕੁਛ। ਇਟ ਕੈਨਟ ਬੀ ਟੈਬਲੇਟ, ਕੈਨਟ ਬੀ ਅ ਕੰਪਲੀਟ ਡਾਇਟ, ਟੈਬਲੇਟ ਨੂੰ ਤਾਂ ਹੀ ਆਪਾਂ ਸਪਲੀਮੈਂਟ ਕਹਿੰਦੇ ਹਾਂ।